पंजाब सरकार ने 19 ਅਕਤੂਬਰ ਨੂੰ पंजाब विधान सभा का एक रोज़ा विशेष इजलास सदन का फैसला किया है ਤਾਂ ਜੋ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦਾ ਮੁਕਾਬਲਾ ਕਰਨ ਲਈ ਬਿੱਲ ਲਿਆਇਆ ਜਾ ਸਕੇ। ਇਸ ਕਰਕੇ ਪੂਰੀ ਦੁਨੀਆ ਦੀਆਂ ਨਜ਼ਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਕਸ਼ਨ ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਮਗਰੋਂ ਪੂਰੇ ਦੇਸ਼ ਦੀ ਸਿਆਸਤ ਗਰਮਾ ਸਕਦੀ ਹੈ। ਦਰਅਸਲ ਪੰਜਾਬ ਵਿੱਚ 3 ਖੇਤੀਬਾੜੀ ਕਾਨੂੰਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ। ਕਿਸਾਨਾਂ ਦੇ ਤਿੱਖੇ ਅੰਦੋਲਨ ਮਗਰੋਂ ਵੀ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸ ਲਈ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਹੈ। इस दे नाल ही मुख्य मंत्री कैप्टन अमरिंदर सिंह पहला ही कह चुके हैं कि उन्होंने सरकार नवे कानूनों विरुद्ध कानूनी ते विधानक समेत हर संभव लड़ाई लड़ेगी। उन्होंने इन्हां कानूनों नूं संघी ढांचे के विरुद्ध ऐलानिया सी। आखिर की हो सकता है अगला रस्ता, आओ दसदे हां। कानूनी रस्ता हो सकता है कि इन्हां कानूनों नूं धारा 131 अधीन सुप्रीम कोर्ट विच चुनौती दी जा सकती है, जो सुप्रीम कोर्ट नूं केंद्र राज विवाद विच फैसला लैण दा अधिकार दिंदा है। ਇੱਥੇ ਬਹਿਸ ਹੋਣ ਦੀ ਸੰਭਾਵਨਾ ਹੈ ਕਿ ਕੀ ਕੇਂਦਰ ਸਰਕਾਰ ਕੋਲ ਇਹਨਾਂ ਕਾਨੂੰਨਾਂ ਨੂੰ ਸੰਵਿਧਾਨਿਕ ਯੋਜਨਾ ਅਧੀਨ ਲਿਆਉਣ ਦਾ ਅਧਿਕਾਰ ਸੀ ਜਾਂ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਤੇ ਰਾਜਾਂ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਵਿਧਾਨਕ ਮਾਰਗ ਉੱਤੇ ਜੋ 19 ਅਕਤੂਬਰ ਨੂੰ ਅਸੈਂਬਲੀ ਦੇ ਨਵੇਂ ਸੈਸ਼ਨ ਦੌਰਾਨ ਵਿਚਾਰਿਆ ਜਾਵੇਗਾ, ਸਰਕਾਰ ਕੋਲ ਕਿਹੜੇ ਵਿਕਲਪ ਹਨ ਤੇ ਅਜਿਹੀਆਂ ਕੋਸ਼ਿਸ਼ਾਂ ਨਾਲ ਕੀ ਹੋ ਸਕਦਾ ਹੈ, ਇਹ ਸਭ ਦੇਖਿਆ ਜਾਵੇਗਾ। ਆਖਰ ਕੀ ਕਰ ਸਕਦੀ ਹੈ ਪੰਜਾਬ ਸਰਕਾਰ? ਪੰਜਾਬ ਸਰਕਾਰ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੀ ते ना ही इसनूं अनदेखिया कर सकती है। संसद द्वारा पास किया गया कानून ते राष्ट्रपति की मंजूरी नाल पूरे देश विच लागू हुंदा है। राज सरकारां इसनूं खत्म नहीं कर सकदियां, सिर्फ संसद नूं अजिहा करन दा अधिकार है। जे केंद्र सरकार ने राज दी सूची विच शामिल किसी विषय ते कोई कानून बनाउणा होवे तां राज दलील दे सकदा है कि कानून जायज़ नहीं। हालांकि सूचियां विच कुछ विषय हन जो काफ़ी स्पष्ट नहीं हन। यह दलील दित्ती जा सकदी है कि ओह सांझी सूची का हिस्सा हो सकदे हन। ਖੇਤੀਬਾੜੀ ਕਾਨੂੰਨਾਂ ਦੇ ਮਾਮਲੇ ਵਿੱਚ ਆਲੋਚਕ ਦਾਅਵਾ ਕਰਦੇ ਨੇ ਕਿ ਇਹ ਖੇਤੀ ਦਾ ਮਾਮਲਾ ਹੈ ਜੋ ਰਾਜ ਸੂਚੀ ਦਾ ਹਿੱਸਾ ਹੈ, ਜਦੋਂ ਕਿ ਕੇਂਦਰ ਸਰਕਾਰ ਦਾ ਤਰਕ ਹੈ ਕਿ ਇਹ ਕਿਸਾਨੀ ਦੇ ਉਤਪਾਦਾਂ ਦੇ ਵਪਾਰ ਨਾਲ ਸੰਬੰਧਿਤ ਹੈ ਜੋ ਇਕਸਾਰ ਸੂਚੀ ਦੇ ਅਧੀਨ ਹੈ। ਅਜਿਹੇ ਮਾਮਲਿਆਂ ਵਿੱਚ ਇੱਕ ਰਾਜ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਮੰਨਣਾ ਹੈ ਕਿ ਕੇਂਦਰ ਸਰਕਾਰ ਦਾ ਇਹ ਕਾਨੂੰਨ ਯੋਗ ਨਹੀਂ, ਇਸ ਲਈ ਸੁਪਰੀਮ ਕੋਰਟ ਦਾ ਆਦੇਸ਼ ਲੋੜੀਂਦਾ ਹੋਵੇਗਾ। ਜੇ ਰਾਜ ਅਜਿਹਾ ਕਰਨ ਤੋਂ ਪਹਿਲਾਂ ਕਾਨੂੰਨ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਕੇਂਦਰ ਸਰਕਾਰ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਸਕਦੀ ਹੈ ਜਾਂ ਇਸ ਨੂੰ ਰਾਜ ਦੇ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਆਪਣੇ ਉਦੇਸ਼ਾਂ ਅਨੁਸਾਰ ਖੇਤੀ ਕਾਨੂੰਨਾਂ ਨੂੰ ਵੀ ਨਹੀਂ ਬਦਲ ਸਕਦੀ। ਜੇ ਕੋਈ ਕਾਨੂੰਨ ਯੂਨੀਅਨ ਸੂਚੀ ਦੇ ਅਧੀਨ ਹੈ ਤਾਂ ਇਸ ਨੂੰ ਰਾਜ ਪੱਧਰ 'ਤੇ ਸੋਧਿਆ ਨਹੀਂ ਜਾ ਸਕਦਾ। ਜੇ ਇਹ ਇਕਸਾਰ ਸੂਚੀ ਦੀ ਗੱਲ ਹੈ ਤਾਂ ਰਾਜ ਸਰਕਾਰ ਕਾਨੂੰਨ ਵਿੱਚ ਸੋਧ ਕਰਨ ਦਾ ਪ੍ਰਸਤਾਵ ਪਾਸ ਕਰ ਸਕਦੀ ਹੈ, ਪਰ ਉਹ ਕਾਨੂੰਨ ਨੂੰ ਕਮਜ਼ੋਰ ਨਹੀਂ ਕਰ ਸਕਦੇ, ਸਿਰਫ ਇਸ ਨੂੰ ਮਜ਼ਬੂਤ ਕਰ ਸਕਦੇ ਹਨ। ਮਿਸਲ ਵਜੋਂ ਅਪਰਾਧਿਕ ਕਾਨੂੰਨ ਤੇ ਅਪਰਾਧਿਕ ਪ੍ਰਕਿਰਿਆ ਇਕਸਾਰ ਸੂਚੀ ਦਾ ਹਿੱਸਾ ਹਨ। ਇੰਡੀਅਨ ਪੀਨਲ ਕੋਡ IPC ਤੇ ਫੌਜਦਾਰੀ ਪ੍ਰਕਿਰਿਆ ਵਿੱਚ CrPC ਕੇਂਦਰ ਸਰਕਾਰ ਦੇ ਕਾਨੂੰਨ ਹਨ, ਪਰ ਰਾਜ IPC ਅਧੀਨ ਸਜ਼ਾ ਵਧਾਉਣ ਜਾਂ ਕਿਸੇ ਵਿਸ਼ੇਸ਼ ਜੁਰਮ ਨੂੰ ਗੈਰ ਜ਼ਮਾਨਤੀ ਤੇ ਪਛਾਣਨ ਯੋਗ ਬਣਾਉਣ ਲਈ ਸੋਧ ਕਰ ਸਕਦੇ ਹਨ। ਉਦਾਹਰਨ ਲਈ ਮੱਧ ਪ੍ਰਦੇਸ਼ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਤੇ ਮੌਤ ਦੀ ਸਜ਼ਾ ਦੇਣ ਲਈ ਇੱਕ ਕਾਨੂੰਨ ਬਣਿਆ ਜੋ IPC ਅਧੀਨ ਬਲਾਤਕਾਰ ਦੇ ਹੋਰ ਮਾਮਲਿਆਂ ਵਿੱਚ ਸੰਭਵ ਨਹੀਂ। ਜੇ ਸਰਕਾਰ ਆਪਣੀ ਦਲੀਲ ਅਨੁਸਾਰ ਇਹ ਵਿਸ਼ਾ ਇਕਸਾਰ ਸੂਚੀ ਅਧੀਨ ਆ ਜਾਂਦਾ ਹੈ ਤਾਂ ਕੀ ਪੰਜਾਬ ਸਰਕਾਰ ਹਰ ਪ੍ਰਮੁੱਖ ਮੁੱਦੇ ਜਿਵੇਂ APMC ਤੋਂ ਬਾਹਰ ਬਿਨਾਂ ਕਿਸੇ ਪਾਬੰਦੀ ਦੇ ਵਪਾਰ, ਠੇਕੇ ਦੀ ਖੇਤੀ ਤੇ ਜ਼ਰੂਰੀ ਵਸਤਾਂ ਦਾ ਦਰਜਾ ਨੂੰ ਹਟਾਉਣ ਬਾਰੇ ਆਪਣੇ ਖੁਦ ਦੇ ਕਾਨੂੰਨ ਨਹੀਂ ਬਣਾ ਸਕਦੀ? प्रतिकूल के सिद्धांत का एक अपवाद भी है, हालांकि यह आर्टिकल 254(2) विच दिता गया है। यह कहता है कि जे राज विधान सभा द्वारा इकसारता सूची के किसी भी विषय के संबंध में बनाए गए कानून विच कोई प्रबंध है जो संसद द्वारा पहला बनाए कानून के विरुद्ध या उस विषय के संबंध में किसी भी मौजूदा कानून के प्रबंधों के विरुद्ध है, तो इसलिए अजिही स्थिति में राज द्वारा बनाया कानून उस राज विच राष्ट्रपति की आग्ञा नाल लागू किया जा सकता है। हालांकि पंजाब के मुख्य मंत्री कैप्टन अमरिंदर सिंह ने पहला इस संभावना तो इनकार कर दिता सी, पर हिंदुस्तान टाइम्स को दिती इंटरव्यू दौरान उन्होंने कहा कि उन्होंने नहीं लगता कि राष्ट्रपति रामनाथ कोविंद इस तरह पास किए किसी कानून को मंजूरी देंगे। दरअसल उन्होंने यह भी शंका है कि पंजाब का राजपाल इस मकसद लिए विधान सभा द्वारा पास किए बिल ते दस्तखत करेगा जिस तो बिना राष्ट्रपति की मंजूरी का सवाल ही पैदा नहीं होता। यही कारण है कि उन्होंने विधानक विकल्प नालों पहले कानूनी विकल्प उत्ते वधेरे जोर दिता है ते संविधान के संघी ढांचे की उलंघना के आधार पर खेती कानूनों को सुप्रीम कोर्ट में चुनौती दी है। चढ़दीकला टाइम टीवी लिए न्यूज़ डेस्क तो आजाद सिंह की रिपोर्ट। सब्सक्राइब करो चढ़दीकला टाइम टीवी नूं ते लेटेस्ट अपडेट पाउण लई प्रेस करो बैल आइकन।